सीधा सरकार कायम आले मोहम्मद की आमद का सीधा है। शाबान दी पंद्रह दा चार रोज सादत है, शाबान दी पंद्रह दा चार रोज सादत है, शाबान दे पंद्रह चार रोज सादत है, शाबान दे पंद्रह चार रोज सादत है, शाबान दे पंद्रह चार रोज सादत है, साढ़े बार में क्यों जो जश्न मिला दत है। शेर सुनारिया दीद मेरे पास रावे या अली, अहमद दी छपे पढ़ के हक दा इमाम आया, अहमद दी छपे पढ़ के हक दा इमाम आया, नर जस दे पाको शको अल्लाह दा सलाम आया, क्यों जो नाल मोहम्मद दे को इतनी मुशाबत है, क्यों जो लाल मोहम्मद रे को इतनी मुशाबत है, ओ खत में नबुवत है, खत में इमामत है, जमाना ले सलाम बरम तर सलाम। देखो मैं कसीदे खान जाकिर नहीं, मैं सारी जिंदगी मसाए पढ़ा है, कसीदा पढ़ता पे थोड़े प्यार है, और ऊ सरदार की शान का कसीदा है, जे तुसा मैं तहज्जुद ले दुआ ना की थी ना शेर मैं तुम वो पे सुनाना, दीद मेरे पास आवे तारुफ करावा मासूम दा, दुनिया यो ते आसमां को यूं करदा खुश होवे, दुनिया यो ते आसमां को यूं करदा खुश होवे, पाक माता हर पितर अल्लाह दा वली होवे, दिल दे बकरे को ओ शर्फ इमामत है, हा दिल दे बकरे को ओ शर्फ इमामत है, इसी पुश्त पीछे करना ये सादी इबादत है, जीवन जिंदगी हुआ है। शेर सुनावा मिंबर से वादा क्या कर दो, अरमान ऐत भी दौरी चिलो का सुनाता नहीं खान वादा रिसालत पढ़े लिखे दौरे, शेर सुने ना वजन दसे ना खानदान वजनी कितना है, अहमद दा पिसर आया, जो विलायत दो अहमद दा पिसर आया, दुनिया
ਆਇਆ ਪੰਜਾ ਤੇ ਬਹਾਰਾ ਦੇ ਲਾਲੇ ਕੋਲ ਅਮਾਨਤ ਹੈ ਪੰਜਾ ਤੇ ਬਹਾਰਾ ਦੇ ਲਾਲੇ ਕੋਲ ਅਮਾਨਤ ਹੈ ਕਦਮ ਬੋਤੇ ਚੌਦਾਂ ਦੀ ਜ਼ਿਆਰਤ ਸਾਦਾਤ ਨਵਾਜ਼ੀਏ ਤੁਹਾਡੇ ਆਪਣੇ ਮੈਂ ਅਸਲ ਡਿਊਟੀ ਸ਼ੁਰੂ ਕਰਨ ਲੱਗਾ ਮੌਸਮ ਦੀ ਸ਼ਾਇ ਰੁੱਤ ਦਾ ਮਜ਼ਮੂਨ ਮੈਂ ਪੂਰੀ ਜ਼ਿੰਦਗੀ ਬੇਰਬਤ ਮਸਾਇਬ ਕਰੀ ਨਹੀਂ ਕਰਿਆ ਮੇਰੇ ਪਾਸ ਰਹੇ ਕੋ ਮੇਰਾ ਸਹੀ ਸਰਦਾਰ ਮਰੜ ਸ਼ਰਾਬ ਦੀਆਂ ਨਸ਼ਿਆਂ ਵਿੱਚ ਮੈੜੀ ਵਸਦੀ ਜੋਕ ਲੁੱਟਈ ਆਈ ਹੁਣ ਵਤਨ ਤੇ ਬਣ ਕੇ ਕਿਆ ਕਰਨਾ ਮੈਰੀ ਕਿਹੜੇ ਤੇ ਬਚਾਏ ਜਿਗਰ ਭੁੱਖਾ ਬਾਜ਼ਾਰ ਗਿਆ ਮੈਰੀ ਹਰ ਮਜ਼ਦੂਰ ਰੁਲਾਈ ਆਈ ਤੇ ਜਿਹੜੀ ਰੌਣ ਲੱਗ ਆਈ ਸਾਡੇ ਵਿਹੜੇ ਦੀ ਉਹ ਵੀ ਸ਼ਾਮ ਦੱਸਾ ਮੈਂ ਨੌਕਰ ਇੱਕ ਵਾਰੀ ਮੈਂ ਤੋਂ ਦੇਖੋ ਨਾ ਮੈਂ ਸਯਾਰਾ ਨਾਲੇ ਜ਼ੈਨਬ ਦੇ ਵੀਰ ਦਾ ਲਾਕੇ ਰੱਜ ਨਾ ਹੋਆ ਹੈ ਪੂਰੀ ਜ਼ਿੰਦਗੀ ਮੈਂ ਹੱਥ ਨਹੀਂ ਬੱਧੇ ਅੱਜ ਮਿੰਨਤ ਕਰੇ ਨਾ ਖਸੂਸਨ ਆਪਣੀ ਕੌਮ ਦੇ ਜਵਾਨਾਂ ਨੂੰ ਅਦਮ ਇਤਮਾਦ ਦੀ ਤੁਹਾਡੇ ਉੱਤੇ ਫਿਰ ਵੀ ਇਹਤਿਆਤਨ ਗੁਜ਼ਾਰਿਸ਼ ਕਰੇ ਨਾ ਖਿਆਲ ਕਰਾਏ ਹਰ ਕੋਈ ਸ਼ਰਾਬ ਜਾ ਪੀਵੇ ਤੂੰ ਨਾ ਪੀ ਉਹ ਸ਼ਰਾਬ ਸਾਰੀ ਰਾਤ ਪੀਦੀ ਰਹੀ ਹੈ ਦਹਰਾ ਦੇ ਧੀਆਂ ਖੜੀਆਂ ਨੇ ਮਲਾ ਹੋਇਆ ਜ਼ਿੰਦਗੀ ਹੋਇਆ ਹੈ ਜ਼ਿੰਦਗੀ ਹੋਇਆ ਹੈ ਕਿਬਲਾ ਸਾਲ ਗੁਜ਼ਰ ਗਿਆ ਹੈ ਸਾਲ ਦੇ ਬਾਅਦ ਅਧਰਾਤ ਦਾ ਟਾਈਮ ਸ਼ਰਾਬੀ ਦਾ ਦਰਬਾਰ ਦੂਹੇ ਪਿਓ ਪੁੱਤਰ ਕੈਦੀ ਚੇਲਾ ਮੈਂ ਨਾ ਚੇਲਮ ਦੀ ਮਜਲਿਸ ਬਣਾ ਦਿੱਤਾ ਉਹ ਨਾ ਤੂੰ ਮੇਰੇ ਪਾਸੇ ਦੇਖਦਾ ਇਹ ਪਹਿਲਾ ਮੌਕਾ ਜਿਹੜੇ ਡੂਹੇ ਪਿਉ ਪੁੱਤਰ ਪੇਸ਼ ਹੋਏ ਆਦੇ ਤੇ ਬੈਠੋ ਸੋਲਿਆਸ ਪੇਸ਼ੀ ਤਾਂ ਇੱਕ ਦੀ ਆਈ ਦੂਸਰਾ ਨਾਲ ਕਿਉਂ ਆਉਂਦਾ ਨਿੰਬਰ ਦੀ ਕਸਮ ਮਜਬੂਰੀ ਆਈ ਜਿਹਦੇ ਸਜਾਦ ਬੰਜਿਆ ਪਾ ਕੇ ਵਹਿਣਾ ਪਾਉਂਦਾ ਈ ਚੁੱਕੇ ਰੱਸੀ ਇੱਕ ਆਈ ਸੱਜੀ ਗੱਲ ਦੋ ਆ ਇਵੇਂ ਦੂਹੇ ਪਿਉ ਪੁੱਤਰ ਕੈਦੀ ਪੜ੍ਹੇ ਲਿਖੇ ਨੌਜਵਾਨਾਂ ਦੇ ਮਾਹੌਲ 'ਚ ਮਹਿਲੇ 'ਚ ਪੜ੍ਹਦਾ ਪਿਆ ਇਹਤਿਆਤ ਨਾਲ ਬਹਿ ਜਾਓ ਇਹ ਪਹਿਲਾ ਮੌਕਾ ਹੈ ਜਦੀ ਤਖ਼ਤ ਉੱਠਾ ਸਾਲ ਦੇ ਬਾਅਦ ਤਾਈਂ ਇਵੇਂ ਤਾਜ ਰਹਾ ਹੈ ਫਰਸ਼ 'ਤੇ ਆ ਬੈਠਾ ਹੈ ਸੱਜਾਦ ਦੇ ਪੈਰਾਂ 'ਤੇ ਤਾਜ ਰੱਖਿਆ ਨੇ ਸੱਜਾਦ ਸਾਲਾ ਸੁਣ ਗਿੰਨੋ ਤੇ ਮੈਂ ਪੜ੍ਹ ਵੀ ਗਿੰਨਾ ਮੈਂ ਮਾਫ਼ੀ ਮੰਗਣਾ ਜਿਹੜੀ ਮਾਮੂਲੀ ਜੀ ਗਲਤੀ ਹੋਈ ਤੁਹਾਡੀ ਜਵਾਨੀ ਦੀ ਕਸਮ ਹੈ ਮਾਮੂਲੀ ਜੀ ਗਲਤੀ ਦਾ ਨਾਮ ਆਏ ਸੱਜਾਦ ਪੁਰਤ ਦੀ ਕਾਇ ਆਈ ਸਯਾਦਾ ਦੇ ਮਾਮੂਲੀ ਗਲਤੀ ਯਾਦ ਆਏ ਮੇਰੀ ਪੱਤੀ ਕੋਈ ਸ਼ੈ ਨਹੀਂ ਤੂੰ ਮਾਮੂਲੀ ਗਲਤੀ ਯਾਦ ਆਏ ਮੇਰੀ ਭੇਣ ਦਾ ਡਾਜ ਲੁੱਟੇ ਦੇ ਰਹੇ ਮਾਮੂਲੀ ਗਲਤੀ ਯਾਦ ਆਏ ਸਕੀਨਾ ਦੇ ਤੁਰ ਲਾਂਦੇ ਰਹੇ ਮਿੰਨਤ ਕਰੇ ਨਾ ਤੂੰ ਵਤਨ ਤੇ ਵੱਲ ਜਿਹੜਾ ਜ਼ਾਲਿਮ ਆ ਕੇ ਵਤਨ ਤੇ ਵੱਲ ਵਨ ਚਿਹਰੇ ਤੇ ਦਰਦੀ ਆਈ ਦੀਵਾਰ ਦੀ ਟੇਕ ਕਿਣ ਕੇ ਫਰਮੇ ਮੈਨੂੰ ਬਦਮਾਸ਼ ਸ਼ਰਾਬ ਦੀਆਂ ਨਸ਼ਿਆਂ ਵੀ ਚੁੰਮੇ ਦੀ ਵਸਦੀ ਜੋਕ ਲੁੱਟਈ ਆਈ ਹੁਣ ਵਤਨ ਤੇ ਵੱਜ ਕੇ ਕਿਆ ਕਰਨਾ ਮੈਂ ਕਿਹੜੀ ਸੀ ਬਲ ਗਏ
ਜਦੋਂ ਕੈਦੀ ਕੋਈ ਤਲਾਬ ਅੱਜ ਮਿਲੇ ਕਿ ਤੇਰਾ ਕੈਦਾ ਛੁੱਟ ਗਏ ਤੂੰ ਰਿਹਾ ਪਿਆ ਹੋਣਾ ਕੈਦੀ ਖੁਸ਼ ਹੋਣ ਜਾਂ ਰੋਂਦਨ ਮੇਰਾ ਸਵਾਲ ਹੈ ਸ਼ਰੀਫਾਂ ਤੇ ਖੁਸ਼ ਹੋਣ ਮੈਂ ਇਤਰਾਮ ਨੂੰ ਪੁਰਸ਼ਿਤ ਨਹੀਂ ਬੈਠਾ ਜ਼ਰੀ ਦੀ ਕਸਮ ਇਹ ਮੇਰੇ ਨਾਲ ਜ਼ਰੀਏ ਜ਼ਰੀ ਦੀ ਕਸਮ ਪਿਆ ਚਾਹੀਦਾ ਜਿਹੜੇ ਸੱਜਾਦ ਨੂੰ ਆਖੇ ਨੇ ਤੇਰਾ ਕੈਦਾ ਛੁੱਟ ਗਿਆ ਰਾਤ ਦੀ ਕਾਇਆ ਹੀ ਹੈ ਜਿਗਰ ਤਿਆਤਰਾ ਕੇ ਜ਼ਮੀਨ ਤੇ ਬੈਠਾ ਸਿਪਾਹੀ ਦੌੜਾ ਹੈ ਕਦਮ ਲੱਪ ਕੇ ਆ ਰਹੇ ਸੱਜਾਦ ਖੁਸ਼ ਹੋਇਆ ਕੈਦਾ ਛੁੱਟ ਗਏ ਨੀ ਉਲਟਾ ਰਤ ਰੋਂਦਾ ਬਿਮਾਰ ਦਾ ਦੀਵਾਰ ਮੱਥਾ ਲੱਗਾ ਵਹਿਣ ਕਰ ਗਿਆ ਦੇ ਕਿਸਮਤ ਮੈਂ ਪਰਦੇਸੀ ਦੀ ਮੈਂ ਨੇ ਛੁੱਟਾ ਨੀ ਦਾਇਆ ਜੋ ਮੁੱਲ ਪਾਉਂਦਾ ਪਾਲੀਏ ਅਰਮਾਨ ਦੀ ਗਾਲੀਆ ਮੇਰਾ ਅਕਬਰ ਜੀਦਾ ਸਲਾਮਤ ਰਹੋ ਅੱਲਾ ਭਾਵੇਂ ਜ਼ਿੰਦਗੀ ਹੋਵੇ ਭਲਾ ਹੋਵੇ ਵਸਦੇ ਰਹੋ ਜ਼ਿੰਦਗੀ ਹੋਵੇ ਆਬਾਦ ਰਹੋ ਨੌਜਵਾਨ ਨਸਲ ਵਾਸਤੇ ਥੋੜ੍ਹੀ ਜਿਹੀ ਵਜ਼ਾਹਤ ਕਰਨ ਚਾਹੁੰਦਾ ਆਖਿਰ ਕੁਛ ਮੇਰੀ ਜ਼ਾਕਰੀ ਔਰ ਬਾਕੀ ਜ਼ਾਕਰਾਂ ਦੀ ਜ਼ਾਕਰੀ ਤਜ਼ਾਦ ਹੋਣਾ ਚਾਹੀਦਾ ਹੈ ਅਸੂਲਾਂ ਨੂੰ ਸਾਰੀ ਜ਼ਿੰਦਗੀ ਕਿਬਲਾ ਭਾਈਜਾਨ ਇਹ ਜ਼ਾਕਰ ਪੜ੍ਹਦੇ ਰਹਿਣ ਵੀ ਸਾਲ ਦੇ ਬਾਅਦ ਜਦੀਦ ਖਾਬ ਡਿੱਠਾ ਹੈ ਇਹਨਾਂ ਕਿ ਰਸੂਲ ਦੇ ਵਾਲ ਖੁੱਲੇ ਹੋਏ ਅਤੇ ਫਰਮਾਇਆ ਕੱਲ੍ਹ ਮੇਰੇ ਧੀਆਂ ਕੋਈ ਆ ਨਾ ਕੀਤੋ ਨਾ ਇਹ ਤਖਤ ਉਹ ਸਿਆ ਨਾ ਬਖਤ ਇਹ ਤਾਂ ਸਾਰੇ ਜਾਣਦੇ ਹੋ ਨਾ ਇਹ ਇੰਨੀਆਂ ਨਹੀਂ ਪੜ੍ਹੀਂਦਾ ਆਇਆ ਮਜ਼ਮੂਨ ਨਹੀਂ ਨਾਰਾਜ਼ ਹੋਵੋ ਤਾਂ ਭਾਵੇਂ ਰਾਜ਼ੀ ਮੇਰਾ ਇਖਤਲਾਫ ਹੈ ਇਸ ਗੱਲ ਨਾਲ ਪਹਿਲੀ ਗੱਲ ਤਾਂ ਇਹ ਕਿ ਬਲਾ ਯਜ਼ੀਦ ਇਹਦਾ ਵੱਡਾ ਬੰਦਾ ਨਹੀਂ ਜੋ ਰਸੂਲ ਜ਼ਿਆਰਤ ਕਰਵਾਇੰਦਾ ਗੱਲ ਸੁਣੋ ਜਾਂ ਤਾਂ ਇਹ ਨਾ ਆਖਿਆ ਕਰੋ ਵੀ ਜ਼ਾਕਿਰ ਜਾਹਲਨ ਜਾਂ ਮੇਰੀ ਮਿਹਨਤ ਤੋਂ ਸੁਣਨੀ ਪੋਸੀ ਪਹਿਲੀ ਬਾਤ ਇਹ ਕਿ ਯਜ਼ੀਦ ਇਹਦਾ ਵੱਡਾ ਬੰਦਾ ਨਹੀਂ ਜੋ ਰਸੂਲ ਜ਼ਿਆਰਤ ਕਰਵਾਇੰਦਾ ਦੂਸਰੀ ਗੱਲ ਹੈ ਰਸੂਲ ਮਜਬੂਰ ਨਹੀਂ ਜੋ ਯਜ਼ੀਦ ਕੋ ਮਿੰਨਤ ਕਰਦਾ ਹੈ ਥੋੜ੍ਹਾ ਜਿਹਾ ਤੁਹਾਡੇ ਜ਼ਿਹਨ 'ਤੇ ਬੋਝ ਆ ਸੀ ਫਿਰ ਕਲਿਆਰ ਹੋ ਗਿਆ ਥੋੜ੍ਹੀ ਜਿਹੀ ਮੈਂ ਜ਼ਮੀਨ ਕਾਇਮ ਕਰਕੇ ਨਾਮ ਸਾਹਿਬ ਦੀ ਫਿਰ ਮੈਂ ਤੁਹਾਨੂੰ ਮਸਾਹਿਬ ਸੁਣਾਉਂਦਾ ਤੀਸਰੀ ਗੱਲ ਹੈ ਰਸੂਲ ਕੋ ਧੀਆਂ 'ਤੇ ਅਦਮ ਇਤਮਾਦ ਨਹੀਂ ਆਓ ਸਹੀ ਮੇਰੇ ਵੱਡੇ ਬਾਈ ਰਿਆਸ ਪੈਨ ਸਾਹਿਬ ਉਹ ਤੁਸੀਂ ਬੁਲਾਇਆ ਤਾਂ ਮੈਂ ਹੁਣ ਬਸ ਬਿਲਕੁਲ ਮੁਖਤਸਰ ਜੀ ਮਜਲਿਸ ਸ਼ਾਹ ਸਾਹਿਬ ਮੈਂ ਜੋ ਐਲਾਨ ਕੀਤਾ ਆ ਗਿਆ ਮੇਰੀ ਗੱਲ ਤੁਹਾਨੂੰ ਯਕੀਨ ਨਹੀਂ ਹੈ ਸੋ ਜ਼ਿੰਦਗੀ ਹੋਇਆ ਪਹਿਲੀ ਗੱਲ ਰਸੂਲ ਕੋ ਸ਼ਾਹ ਜੀ ਥੋੜ੍ਹੀ ਜਿਹੀ ਗੱਲ ਮੈਂ ਸ਼ੁਰੂ ਕਰ ਦੇਣਾ ਅਤੇ ਨੌਜਵਾਨ ਨਸਲ ਵਾਸਤੇ ਮੈਂ ਵਿਦਾਸ ਕਰ ਗਿਆ ਫਿਰ ਮਸਾ ਪਹਿਲੀ ਬਾਤ ਹੈ ਕਿ ਰਸੂਲ ਕੋ ਧੀਆਂ 'ਤੇ ਅਦਮ ਇਤਮਾਦ ਨਹੀਂ ਕਿ ਹੁਣ ਮੇਰਾ ਧੀਆਂ ਥੱਕ ਜਾਓ ਸਨ ਦੂਸਰੀ ਗੱਲ ਹੈ ਰਸੂਲ ਮਜਬੂਰ ਨਹੀਂ ਯਜ਼ੀਦ ਕੋ ਮਿੰਨਤ ਕਰਦਾ ਨੌਜਵਾਨ ਸਰੂ ਚਾਹ ਤੀਸਰੀ ਬਾਤ ਹੈ ਯਜ਼ੀਦ ਇਹਦਾ ਵੱਡਾ ਬੰਦਾ ਨਹੀਂ ਜੋ ਰਸੂਲ ਜ਼ਿਆਰਤ ਕਰਵਾਉਂਦਾ ਅੱਛਾ ਜੀ ਤੂੰ ਮੇਰੀ ਜ਼ਾਕਿਰ ਬਰਾਦਰੀ ਪਲੀਕ ਲੈ ਵੈ ਲਈਏ ਕਿ ਜੀ ਦੋ ਜ਼ਿਆਰਤਾਂ ਆਉਂਦੀਆਂ ਇੱਕ ਬਾਇਸ ਸਵਾਬ ਇੱਕ ਬਾਇਸ ਅਜ਼ਾਬ ਪਾਰਸ ਦਾ ਕੰਮ ਕੀ ਹੈ ਪਾਰਸ ਨੂੰ ਇਹ ਨਾਲ ਟੱਚ ਹੋਵੇ ਸੋਨਾ ਕਰ ਦਿੰਦਾ ਨਾ ਇਹ ਤੂੰ ਵੱਡੀ ਹੁੱਜਤ ਕੇ ਹੋ ਸਕਦੀ ਹੈ ਜਦੀਦ ਦੀ ਕਿ ਰਸੂਲ ਮੈਂ ਕੋਈ ਜ਼ਿਆਰਤ ਕਰਾਈ ਕਿਬਲਾ ਇਤਰੀ ਇਹ ਗੱਲਾਂ ਕੱਚੀਆਂ ਨਾ ਰਸੂਲ ਜ਼ਿਆਰਤ ਕਰਾਈ ਨਾ ਰਸੂਲ ਮਿੰਨਤ ਕੀਤੀ ਨਾ ਰਸੂਲ ਮਜਬੂਰ ਆ ਵਜ੍ਹਾ ਆਈ ਪੂਰੇ ਸਾਲ ਦੀ ਜਦੀਦ ਦੀ ਕੋਸ਼ਿਸ਼ ਜਦੀਦ ਦਾ ਜ਼ੁਲਮ ਜਦੀਦ ਦਾ ਤਸ਼ੱਦਦ ਜਦੀਦ ਹਰ ਚੌਰ 'ਤੇ ਜਦੀਦ ਦੇ ਜ਼ੁਲਮ 'ਤੇ ਪੂਰੇ ਸਾਲ ਦੀ ਅਲੀ ਦੀ ਧੀ ਦੀ ਚੁੱਪ ਛਾ ਗਈ ਨਹੀਂ ਤੈਨੂੰ ਮੈਨੂੰ ਸੁਣਨੀ ਪੋਸੀ ਮੇਰੀ ਤੈਨੂੰ ਸੁਣਨੀ ਪੋਸੀ ਮੈਨੂੰ ਸਾਲ ਤੱਕ ਸਹੀ ਰਿਆਸਤ ਸ਼ਾਹ ਸਾਹਿਬ ਤੂੰ ਕਿ ਮਿਹਨਤੀ ਦਾ ਕਰੇ ਅਸਾਂ ਉਸ ਵੇਲੇ ਸਕੂਲ ਪੜ੍ਹਦੇ ਆ ਸੇ ਜਨਾ ਸ਼ਾਹਰੀ ਦਾ ਅਰੂਜ ਆ ਅਲਹਮਦੁਲਿਲਾ ਹੁਣ ਵੀ ਊਂ ਅਰੂਜ ਜਿਵੇਂ ਹਾਈ ਇਹ ਉਹ ਬੰਦਾ ਹੈ ਜਿਹਨਾਂ ਮੈਂ ਇਹਤਰਾਮ ਕਰਦਾ ਪੂਰੀ ਜ਼ਾਕਰੀ ਹੈ ਖੁਸ਼ਾਮਦ ਕਰਦਾ ਹਾਂ ਤਾਂ ਲਾਂਤੀ ਹੋਵਾਂ ਕਿਉਂਕਿ ਮਿਹਨਤੀ ਦਾ ਕਰੇ ਇਸ ਵਾਸਤੇ ਉਹਨਾਂ ਦੇ ਸਾਹਮਣੇ ਮੈਂ ਮਿਹਨਤ ਪਿਆ ਕਰਦਾ ਔਰ ਨੌਜਵਾਨ ਨਸਲ ਤੋਂ ਦੁਆ ਕਰਨੀ ਹੈ ਖਾਬ 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 ਵੱਡਾ ਪੜਦਾ ਖਾਬ ਕਿੱਥੋਂ ਇਹ ਤਾਂ ਅਲੀ ਦੀ ਦੀਦੀ ਵਰਕ ਹੈ ਅਲੀ ਦੀ ਦੀਦੀ ਮਿਹਨਤ ਹੈ ਯਜ਼ੀਦ ਦੇ ਖਿਲਾਫ ਕਿ ਯਜ਼ੀਦ ਜੈਸਾ ਆਮਿਰ ਯਜ਼ੀਦ ਜੈਸਾ ਜਾਬਿਰ ਕਿਬਲਾ ਸਾਲ ਦੀ ਲਾਜ ਲਾਦੇ ਦੀ ਪੇਸ਼ੀ ਲਾਜ ਲਾਦੇ ਦੇ ਨਿਰਵਾਰ ਲਾਜ ਲਾਦੇ ਦਾ ਤਸ਼ੱਦਦ ਅਲੀ ਦੀਦੀ ਚੁੱਪ ਪੇਸ਼ੀ ਚੁੱਪ ਬੁਲਾਵਾ ਚੁੱਪ ਜ਼ਿੰਦਾਨ ਜਾਂਦੀ ਛੱਤ ਕੋਈ ਨਹੀਂ ਅਲੀ ਦੀਦੀ ਚੁੱਪ ਇਹਨਾਂ ਆਖਿਆ ਮੈਂ ਦਬਾਓ ਔਰ ਮਜ਼ਲੂਮ ਦੀ ਮਜ਼ਲੂਮਾ ਭੇਡ ਦੀ ਜੁਰਾ ਸਾਲ ਦੇ ਬਾਅਦ ਰਿਜ਼ਲਟ ਇਹ ਨਿਕਲਾ ਗੈਰ ਮੁਲਕੀ ਇੰਸਪੈਕਸ਼ਨ ਟੀਮਾਂ ਟੁਰੀਆਂ ਫਿਰ ਨਾ ਸੱਤ ਨਾ
ਤੁਰਿਆਂ ਨੂੰ ਵਿਜ਼ਿਟ ਕਰੀਏ। ਉਹਨਾਂ ਆਖਿਆ ਨਹੀਂ 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 ਬਾਗ ਹੀ ਨਹੀਂ, ਇਹ ਤਾਂ ਨਮਾਜ਼ ਹੀ ਹੈ। ਲੋਕ ਆਖੇ ਯਾਰ ਜਿਹੜਾ ਐਲਾਨ ਹੋਇਆ ਕਿ ਬਾਗ ਹੀ ਨਮਾਜ਼ ਨਹੀਂ ਪੜਦਾ, ਇਹ ਤਾਂ ਉਹ ਹੀ ਤੇ ਰਸੂਲ ਜ਼ਬਾਨ ਚੁਸਵਾਇਦਾ ਹੀ ਜੀ ਕਿਬਲਾ। ਇਡੋ ਲੋਕ ਤੁਰੇ ਨੇ, ਉਡੋ ਯਜ਼ੀਦ ਦੀ ਗੌਰਮੈਂਟ ਕੋਈ ਇਤਲਾਹ ਮਿਲੀ ਇੰਟੈਲੀਜੈਂਸ ਦੀ ਥਰੂ ਕਿ ਗੈਰ ਮੁਲਕੀ ਟੀਮਾਂ ਵੀ ਆਉਣੀਆਂ ਇਹ ਦੇਖਣ ਵਾਸਤੇ। ਕਹਿਤਾ ਖਾਨਦਾਨ ਰਿਸਾਲਤ ਤੈਅ ਕੀਤਾ ਅੱਠ ਰਾਤ ਵੇਲੇ ਮਜਬੂਰ ਹੋ ਕੇ, ਸਹੀ ਤੁਹਾਡੀ ਜਵਾਨੀ ਦੀ ਮੈਨੂੰ ਕਸਮ ਹੈ, ਅੱਧ ਰਾਤ ਵੇਲੇ ਜਦੀਦ ਇਤਨਾ ਮਜਬੂਰ ਹੋਇਆ, ਇਤਨਾ ਛਲ ਹੋਇਆ, ਚਿਹਰੇ ਤੇ ਦਰਦੀਏ ਮੌਤ ਦੀ ਛਾ ਗਈ, ਬਦਨ ਚ ਕਪਕਪੀਏ, ਤਾਜ ਪਾਵਾਂ ਤੇ ਹੋਸ਼ ਨਹੀਂ ਰਿਹਾ। ਅੱਧ ਰਾਤ ਵੇਲੇ ਅਹਿਮ ਮੀਟਿੰਗ ਬੁਲਾਈ, ਕੋਨਾ ਮਸ਼ਕ ਮੁਸ਼ੀਰਾਂ ਕੋ ਸਾਰੇ ਕਹਿ ਦੇ ਮਸ਼ਵਰਾ ਦਿਓ, ਇਹ ਸਵੇਰੇ ਜੋ ਆਉਂਦੇ ਪੈਣ ਗੈਰ ਮੁਲਕੀ ਤੇ ਇੰਸਪੈਕਸ਼ਨ ਟੀਮਾਂ, ਤੇ ਮੈਂ ਜਵਾਬ ਕਹਿ ਦੇਸਾਂ ਸਾਰੇ ਹਿੱਕਾ ਸਲਾਹ ਦਿੱਤੀ। ਅੱਧ ਰਾਤ ਵੇਲੇ ਹੁਣ ਇਸੇ ਵੇਲੇ ਸਜਾਦ ਕੋ ਮਿੰਨਤ ਕਰ ਤੇ ਵਤਨ ਤੇ ਵੰਜੇ ਪਰਦਾਦਾਰਾਂ ਕੋ ਲੈ ਕੇ ਸਵੇਰੇ ਜ਼ਿੰਦਾਨ ਦੇ ਗੇਟ ਖੋਲ ਦੇ ਤੂੰ। ਅਸਾਂ ਤੂੰ ਸਾਡੇ ਖਿਲਾਫ਼ ਪ੍ਰੋਪੇਗੰਡਾ ਹੀ ਸਾਰੇ ਕੋਲ ਤਾਂ ਕੋਈ ਕੈਦੀ ਨਹੀਂ ਕਿਬਲਾ, ਇਸੇ ਦੇ ਪ੍ਰੋਗਰਾਮ ਦੇ ਤਾਰ ਅੱਠ ਰਾਤ ਵੇਲੇ ਸਜਾਦ ਕੋ ਸਦਾਏ, ਦੋਵੇਂ ਪਿਓ ਪੁੱਤ ਇਕੱਲੇ ਨਹੀਂ ਆਏ। ਜ਼ਾਕਿਰ ਪਰਦੇ ਨੀ ਇਮਾਮ ਕੜੀਆਂ ਪਹੁੰਚ ਕੇ ਉੱਠਾਏ ਤੇ ਕੜੀ ਨਾਲ ਕੜੀ ਲੱਗ ਪਈਏ। ਮੈਂ ਜ਼ਮਾਨੇ ਦਾ ਗੁਨਾਹਗਾਰ ਆਦਮੀ ਹਾਂ, ਮੈਂ ਇਹਤਿਆਤ ਨਾਲ ਸਾਫਾ ਚਾਹੇ, ਇਹ ਮੇਰੀ ਇਹਤਿਆਤ ਹੈ, ਇਹਤਿਆਤ ਹੈ ਨਾ। ਸਵਾਲ ਪੈਦਾ ਨਹੀਂ ਹੁੰਦਾ ਇਹ ਕੋਨੇ ਇਸ ਕੋਨੇ ਨਾਲ ਟੱਚ ਕਰ ਜਾਏ, ਕਿਉਂਕਿ ਮੇਰੀ ਇਹਤਿਆਤ ਹੈ, ਕੁਝਾ ਇਹਤਿਆਤ ਮੇਰੀ ਔਰ ਕੁਝਾ ਇਹਤਿਆਤ ਇਮਾਮ ਆ। ਇਮਾਮ ਕੀ ਬਲਾ ਇਹਤਿਆਤ ਕਰਕੇ ਕਰੀਆਂ ਚਾਹੇ ਤੇ ਕੋਨੇ ਨਾਲ ਕੋਨਾ ਟੱਚ ਕਰ ਜਾਏ, ਇਹ ਗੱਲ ਨਹੀਂ। ਇਮਾਮ ਤੇ ਇਹਤਿਆਤ ਕਰਕੇ ਉੱਠਿਆ, ਲੇਕਿਨ ਇਹਤਿਆਤ ਇਮਾਮਤ ਹਿਫਾਜ਼ਤ ਜ਼ੈਨਬ ਵਾਸਤ ਹੈ। ਮੈਂ ਆਖਿਆ ਪੰਜ ਮਿੰਟ ਤੁਹਾਨੂੰ ਤਕਲੀਫ ਹੋਤੀ, ਫਿਰ ਸੈਟ ਹੋ ਸੋ ਤੁਸਾਂ, ਇਹਤਿਆਤ ਇਮਾਮਤ ਸਾਜੀ ਬਲਾ ਹਿਫਾਜ਼ਤ ਜ਼ੈਨਬ ਵਾਸਤ ਹੈ। ਇਮਾਮ ਤਾਂ ਕੜੀਆਂ ਕੁੰਜ ਚੁੱਕਾ, ਕੜੀਆਂ ਦੀ ਕੀ ਜ਼ਰੂਰਤ ਹੈ, ਕੜੀਆਂ ਕਰਾਸ ਕਰ ਜਾਏ। ਇਮਾਮ ਦੀ ਇਹਤਿਆਤ ਹੋਵੇ, ਇਮਾਮ ਦੀ ਇਹਤਿਆਤ, ਕੜੀਆਂ ਤਾਂ ਹਲੀਆਂ ਹੀ ਨਹੀਂ। ਬਲਕਿ ਜਦੋਂ ਇਮਾਮ ਦਰਬਾਰ ਵਿੱਚ ਆਖੇ ਉਸ ਕੋ ਹਰ ਸ਼ੈ ਖਾਮੋਸ਼ ਹੋ ਗਈ ਤੇ ਕੜੀਆਂ ਕਿਵੇਂ ਹੱਲਣ। ਇਮਾਮ ਕਦਮ ਚਾਹੇ ਇਹਤਿਆਤ ਇਮਾਮਤ ਹਿਫਾਜ਼ਤ ਜ਼ੈਨਬ ਵਾਸਤ ਹੈ। ਦਾਮਨ ਕੁਛ ਕੀ ਆਈਏ ਕਿਨ ਮੈਂ ਉਜੜੇ ਪੂਰ ਦਬਲਾ, ਮੈਂ ਊ ਜਿਹੜੇ ਮਰਦੇ ਗਈ ਹੋਵਾਂ, ਜਿਹੜਾ ਹੁਸੈਨ ਤੇ ਆਖਰੀ ਤਰਫ ਚਲੀ ਗਈ, ਜੀਦੀ ਤੇਰੀ ਖਾਤਰ ਰਹੀਆਂ, ਤੇਰੀ ਮੁਹਾਫਿਜ਼ ਬਣ ਕੇ ਮੈਂ ਸ਼ਾਮ ਵਿੱਚ ਆਈਆਂ, ਤੇਰੀ ਖਾਤਰ ਬਾਜ਼ਾਰ ਰੁਲੀਆਂ, ਤੇਰੀ ਖਾਤਰ ਦਰਬਾਰ ਕੱਲਾ ਕਿਨ ਮੈਂ ਸਜਾਦ ਫਰਮੈਨ ਅੰਮਾ ਦਰਬਾਰ ਬੀਬੀ ਆਜੀ ਅੱਜ ਨਾਲ ਵੈਸਾਂ ਅੱਜ ਨਾਲ ਬੈਠਾਂ, ਜ਼ਿੰਦਗੀ ਹੋ ਗਈ ਅੱਜ ਨਾਲ ਬੈਠਾਂ। ਮੈਂ ਬੇਕਸਰੀਆਂ ਚ ਨਹੀਂ ਪਿਆ ਪੜਦਾ, ਪੜੇ ਲਿਖੇ ਵਿੱਚ ਬੈਠਾ ਮੈਂ, ਆਪੀ ਅੱਜ ਨਾਲ ਬੈਠਾਂ। ਮੈਂ ਜਾਣਦੀ ਹਾਂ ਅੱਜ ਸ਼ਾਮ ਵਿੱਚ ਮੇਰੀ ਵਰਕ ਮੁਕੰਮਲ ਹੈ, ਮੈਂ ਨਾਲ ਬੈਠਾਂ। ਅੱਜ ਰਿਜ਼ਲਟ ਦਾ ਟਾਈਮ ਹੈ, ਸਜਾਦ ਅਤੇ ਤੂੰ ਨਾਲ, ਬੀਬੀ ਅਜੇ ਨਾਲ ਬੈਠਾਂ, ਅੱਗੋਂ ਸਜਾਦ ਨਾਲ ਇੱਥੇ ਬਾਕਿਰ ਪਿੱਛੋਂ ਫਿਜ਼ਾ ਪਿੱਛੋਂ ਜਨਾਬ ਜ਼ੈਨਬ, ਇਵੇਂ ਤਰਤੀਬ ਆਈ ਦਰਬਾਰ ਵਿੱਚ। ਇਹ ਪਹਿਲਾ ਮੌਕਾ ਹੈ ਸੱਜਾਦ ਦੇ ਸਾਹਮਣੇ ਜਦੀਦ ਉਠਾਇਆ, ਸਲਾਮ ਕੀਤਾ। ਰਿਵਾਇਤ ਪਰਦਾ ਪਾਵਾਂ ਤਾਂ ਲਾਂਚੀ ਬਣਦਾ, ਬਾਤਲ ਜਿਹੜਾ ਠੀਕ ਹੋਵੇ ਨਾ ਸਹੀ ਹੱਕ ਦੇ ਸਾਹਮਣੇ ਝੁਕ ਸੀ, ਇੱਕ ਸਾਲ ਚੱਕਰ ਖਾਦਾ ਨਾ, ਇੱਕੋ ਸਾਲ ਮਜਬੂਰ ਹੋ ਗਏ, ਸਲਾਮ ਕਰਕੇ ਆਦੇ ਸਰਦਾਰ ਇਹ ਤਖ਼ਤ ਤੇ ਬਹਿ, ਲਫ਼ਤ ਤਖ਼ਤ ਹੈ ਇਮਾਮ ਤੇ ਜਿਸ ਕੰਬੇ, ਪਰ ਮੈਂ ਊ ਤਖ਼ਤ ਤੇ ਬਾਵਾਂ ਜਿਹਨੇ ਸਾਹਮਣੇ ਮੇਰੇ ਫੁੱਫੀਆਂ ਬਾਹਰ ਤੋਲ ਤੇ ਸਾਰੀ ਰਾਤ ਤਖ਼ਤ ਤੇ ਬਹਿ ਨਾ, ਨਾ ਬਾਸਾ ਮਕਸਦ ਦਾ ਦਰਬਾਰ ਕਿਉਂ ਸਦਾਈ। ਇਹ ਜ਼ਾਲਿਮਾਂ ਦੇ ਸਜਾਦ ਮੈਂ ਮਾਫ਼ੀ ਮੰਗਣੀ ਹੈ, ਜਿਹੜੀ ਮਾਮੂਲੀ ਮੈਂ ਤੁਹਾਡੀ ਜਵਾਨੀ ਦੀ ਮੈਂ ਕਸਮ ਹੈ, ਜਿਹੜੇ ਮਾਮੂਲੀ ਗਲਤੀ ਦਾ ਨਾਮ ਹੈ ਸੱਜਾ ਦੇ ਚਿਹਰੇ ਤੇ ਦਰਦੀ ਹੈ, ਪਰ ਮੈਂ ਮਾਮੂਲੀ ਗਲਤੀ ਆਖਦਾ ਮੇਰੀ ਬੱਚੀ ਸ਼ਾਇਦ ਕੋਈ ਨਹੀਂ, ਸਾਰੇ ਕਬਰਾਂ ਨਾਲ ਕਬਰਾਂ ਨਹੀਂ ਰਲਿਆ, ਤੂੰ ਮਾਮੂਲੀ ਗਲਤੀ ਆ ਜਾਏ ਇਹ ਜ਼ਾਲਿਮ ਕਾ ਵੱਧਾ ਹੈ। ਪੈਰ ਨਾਪ ਕਿਆ ਤੇ ਸਜਾ, ਅੱਛਾ ਪਿਓ ਦਾ ਖੂਨ ਮਾਫ਼ ਕਰ, ਤੁਸੀਂ ਤਾਂ ਗੈਰਤਮੰਦ ਲੋਕ ਬੈਠੇ ਹੋ, ਜਿਹੜਾ ਖੂਨ ਮਾਫ਼ੀ ਦਾ ਨਾਮ ਹੈ ਸਜਾਦ ਕੰਡ ਕਰਕੇ ਆਦੇ, ਹੁਸੈਨ ਤੇ ਖੂਨ ਦਾ ਵਾਰਿਸ ਮੈਂ ਨਹੀਂ। ਹਾਂ ਮੇਰੇ ਬਾਬੇ ਦੇ ਖੂਨ ਦਾ ਪਹਿਲਾ ਵਾਰਿਸ ਅੱਲਾ ਹੈ, ਦੂਜਾ ਨਾਨਾ ਮੁਹੰਮਦ, ਤੀਜਾ ਚਾਚਾ ਹਸਨ, ਚੌਥੀ ਉਹ ਹੋਏ ਤੇ ਕੋ ਸਾਲ ਹੋਏ ਜ਼ਿੰਦਾਨ ਦੇ ਇੱਟਾਂ ਸਿਰਾਂ ਦੀ ਰੱਖ ਕੇ ਸਮਦੀ ਵਧੀ ਹੈ। ਮੁਕੇ ਨਾ ਪਿਆ ਬਜਲੇ ਬਸ ਤਮਹੀਦ ਮੁੱਕ ਗਈ, ਅੱਗਾ ਮੱਥਾ ਹੈ ਕਦਮ ਨਾਪ ਕਿਆ ਤੇ ਸਜਾਦ, ਅੱਛਾ ਇਤਨੀ ਮਿਹਰਬਾਨੀ ਤਾਂ ਕਰ, ਮੈਂ ਮਿੰਨਤ ਕਰੇ ਨਾ ਇਸੇ ਵੇਲੇ ਸ਼ਾਮ ਛੋੜ ਦਿਓ। ਆਏ ਕਿੱਥੇ ਗਿਆ ਖਾਬ, ਇੱਕ ਡਿਕਟੇਟਰ ਆਦਮੀ ਪਿਆ ਆਖਦਾ ਇਸੇ ਵੇਲੇ ਮਿੰਨਤ ਕਰਦਾ, ਸ਼ਾਮ ਛੋੜ ਦਿਓ,
سجاد سر اچتا کیا دن اے بھی اختیار میرے چ نہیں اے تیری درخواست اپنی تھپھی کو دینا تھپھی دا جواب سنوائنا پچھو فضا دے منہ تو متھا چاہے جناب زینب دیکھ کیا جی سجاد اے ہر گئے آئے 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 بی بی آدھی اے موک گیا ہے اے ہر گئے ایدی موت ہے پروگرام میرے ہی کوئی نہیں بجن دا لیکن آج سون پروگرام پھپھی دا توں بیمار ہے نالے میرے ویر دی امانت ہے لگی بینیاں مدینے تے کو پوچھائی آسان باکر کو وطن چھوڑی آوان سغرائی بیمار آئی اون کوئی ملی آوان میرا وطن شام ہے میں والا تھا واہ بھائی واہ جیو موگی تمی موگی صحیح تمی میں جگر دا خون لائے سائیں نوجوان نسل واسطے مجلے سائیں دیری آج تمہید موگ گئی مضمون قائم ہو گئے کون ایک جملہ سنو سجاد دیکھ کے فرمید آئے یزید میں فاتح تو مفتو ٹھیک ہے میری پھوپھی دین شرطاں ذاکر سوال پر دن نا سوال تو منگتا کر دے سوال تو بھکھاری کر دے فاتح جے شرطاں ہو دین او باش شہزادہ ہی جدید اسے کو جھٹکا دیتا ہے دیکھ کے آگ دے میرے سامنے شرطاں میری رعایت ہے اگر میں چاہاں تو ہونی تیرا سر قلم کر سکتا واقعہ کربلا تو باش سجاد ہونٹاں تے ہلکی جی مسکراہٹ آئی ہے جلے یہاں کے قتل کرا سکتا قتل تے گل نہیں سمجھی یہاں کے قتل کرا سکتا ہون سجاد ہونٹاں تے ہلکی جی مسکراہٹ آئی ہے سر کو جھٹکا دیتا منہ تو پریشان وال ہٹا کے فرمے دے میں کو ذات دا قیدی سمجھائی میں کو مجبور سمجھائی سیادہ دے آزما چلو اے مغالطے تیرا دور ہو جائے میں کلا پوتر میرا چھوٹا ہے آزما کر کوشش کر تل دی آزما جوش کر کے اٹھائے ذمہ دار ہوں جوش کر کے اٹھائے کو کرسی نپ گئی ہے کرسی نہیں ہلا دیتا جلا تو تلوار گن کے ہاتھ علم کی تس اتنے ہاتھ کھڑ گئے پھر تو اچھا چاہو جنہیں دا ہاتھ ہی تیرو پہنے تلوار آلا حضرت ارشاد عباسی دبیر پنجاب جناب زینب عالیہ دے خطبے کو بند کیتے سے بند دی صورت ہے آنکھو تا سنامہ سرائی کیا دا بیچ جدہ نہیں دا ہاتھ ہی تھائیں ہاں تے کرسی قبلہ ہی کو حلہ نہیں دیتا اتھائی جناب زینب آدی اممہ فیضہ ہونا کو ہٹ وائیں فیضہ کو ہٹ دیئے علی جی دی فرمے دیئے تکسیر دا پتلا بین اخباس لا سارے زور نساؤں گے تکسیر دا پتلا بین اخباس عدب دیکھو حقیقتی جزید دی دست گئی ہے علی جی دی عدب دی قائم رہ گئے تکسیر دا پتلا بین اخباس لا سارے زور نساؤں گے میں کنا آزما دربار دے وچ نہ دیکھ بدر دی جنگ تقدیر دا پتلا بن اخبار لا سارے زور نساں گے میں کنا آزما دربار دے وچ نہ دیکھ بدر دی جنگ ادھی میں نظم نظم نظام دی ہاں رول پیاں ویر دے سانگے مجبور نہ سمجھے ہوش پکڑ مری بے رنگی ہک رنگ مجبور نہ سمجھے ہوش پکڑ مری بے رنگی ہک رنگ جڑے ادب دی دنیا دے باقی لوگ آو اے مضمون میں کو منبر دی تقدس دی قسم اے اے چار مجل سومن تے الیاس مضمون مکمل کرے رہائی دا اے صرف میں بیک گراؤنڈ دس ہے وجہ رہائی کیا ہائی خواب نہ منت نہ ہائی سماجت نہ ہائی یزید دی مجبوری ہائی ہاں یزید دی مجبوری ہائی ہن قبلہ ترائے محمد بالکل کلوز کیتا ہے ساتھ سب کو تقریب نہ دیواں کوئی ہور ذاکر ہو گیا تو پھر پوری تعدد ہو گیا ہر اعتبار نال میرے کو بڑا ہے شریف ہوں میرا احترام کردا دلوں کردا میں گزارش پہ کردا سردار ترائے محمل 24 سالاں دا ضعیف امام اتھائی کمر نال مہار شام دے باروں اما کیلا رہا بجنا ہے میں ربط نہ تڑے سا ترائے مجل سنشاد بچو کر دے سا ربط ہی قائم راکھی کیڑا رہا بجنا ہے بی بی آدی یتیمہ نال گرستان سکینہ کو ملا دسی بنیا جو صرف سجاد کو پچامن پی ویدیاں والا تھا سلام کی تس ہاں اما ہون فرمائیو راہ جن رستہ گن کے اما ایک دو راہ ہیں ایک کربلا ویند ہے ایک سدہ مدینے بی بی آدی کوئی گال نہیں کربلا لا راہ جن توڑے اکبر واسطے پرچائی جو لانویر کو دو
دن قیام کی تس کربلا پھر تیار ہوئی مدینے گلیا دی مدینے دے نیڑے گئی علی دی دی مدینے دے چار تدید پئی سجاد مہار چھوڑی اما او مدینے دا شہر او نانے دا روزے تاری جوانی دی قسمے مولا علی دی دی آگیا سجاد شہر داخل آئے مامل باغ خیمے لاج برات تھئی راسا بشیر دیا تے چلم لے پورے شہر چ منا دی دے وے اچا آواز والا کے لوگ آ مبارک ہوا ہے شام دے قیدی بھلائیں جی او بھلا ہوا ہے بھلا ہوا ہے موجا دی مجلس ہوتی انشاءاللہ لائے بیٹھی علی دیدی بشیر ہاتھ چلا گلیاں تے کوچے چاؤ منا دیا ڈالے رائے مدینے دلو گاؤ مبارک آئے شام سے قیدی والا ہوں تو میرے پاس دیکھنا جلے بازار دے چاؤ کی جائے سات اٹھ سال کے بچیاں دوڑ دیا بستے بغل ہی چل منا دی جو سنی نے بستے ٹھائے پائے بشیر دنا رل دے آئے کی دامن نپے آئے کی پیر نپے بچے ہاتھ بان کیا دن کہیں دا بشیر بشیر آدھے مدینے آلے سیدہ دا کان کر بھائی میں زاکری چھوڑ دے ساتھ انہوں رو مانا ہوئے تھا بچے سامنے آئے دامن بات کیا دن کی تو بھی آنا ہے بشیر آدھے شام لب دے شام آئے بچے زمین دبائے کیا دن ایڈا سا زینب دی جوڑی بلی ہے میں جو تنو آدھا پیا میں جو تنو پیا دا جی ہو زندگی ہوا ہے اللہ پاک سلامت ہو زندگی ہوا ہے بھلا ہوا ہے اے رسا زینب دی جوڑی بلی ہے مر دیکھنا زینب دی جوڑی بلی ہے بشیر زمین تے مٹھا مار کیا دے نہیں بارہ میر مربع جاگیرانے مامے دی ملکی ہے ہر شہید حسین دی جاگیر کلتھ ہے کوئی ایڈے غیوران مامے دی جاگیر دے پیر نو میل برے وج لتھ ہن پتھر دا دل تے سنبھالے بشیر منا دیا دا لے پچھو آواز آئی ہے سجاد ای بشیر کو ول سٹ سامنے آئے بشیر جی سائیں بی بی اج ایک گل سن سدیا اس واسطے پوری احتیاط کرے چل سن گنو تے میں محنت میری میں پاری سکاں تھا دس بی بی بے شکر اعلان حسین مارا گئے میں نہیں رکے دی عباس تے اعلان کر دے وی مارا گئے میں نہیں رکے دی میرے پتراں تے اعلان کر دے وی مارے گئے میں نہیں رکے دی قاسم تے اعلان کریں مارا گئے میں نہیں رکے دی لیکن بشیر خیال رکھے اکبر دی موت دا اعلان نہ کرے باقی تو تاکہ سمجھے لفظ نہیں ہوتے مضمون تو روز سارے پڑھتے ہیں واہ بھائی واہ واہ جی ہو زندگی ہوا ہے بالکل مسائل دے نیڑے آ گیا اوے پرسن جی میں تب توقع ہے میرے کو مسائل دی انشاءاللہ سارے دا اعلان کرے لیکن اکبر دی موت دا اعلان نہ کرے متا سارے ملن تو پہلے سورا مر بنجے ہوں میرے لکھ محلہ بنیا سمی چوشا صاحب جل بشیر گزرے اچا باد آ رہا دے سیدا مدینے دے سردار والا ہے عباس دا بیٹا ہے جن نام ہے جعفر ساڈے سات سال دا سامنے اے مدینے رہ گیا ہی گھر بلا نہیں گیا بال کھلے ہوئے انہیں دوڑا ہے سامنے آ کے دے کہیں دا بشیر ہے بشیر آ دے مدینے والے سیدا دا اے بچہ دوڑا ہے داڑی دے قدم رب کیا دے داڑی کوئی بازار چ منا دی ودا لے رہے حسین والا ہے حسین چبلا تنا میں عباس سیما اٹھیے بال کھول کیا جا لگا والی کو آج عباس سیما دروازے تے سڑے دی آن بارو لے تیرے دیوارے میں سر نہ ٹکرا میں تمہیں لاکی چھوڑ دے آمین بسم اللہ زندگی ہو بھی زندگی ہو بھی اللہ پاک جیو سیدہ ہو آ دروازے تائیں بچے دا چوہ جا ہوا آج بشیر جی صغیر عباس کو جان رہا ہے ہاں شاہ دادا عباس دی مار درد سنے دی بشیر پٹکا رہا ہے
ਅੱਖੀ ਤਪੱਤੀ ਬੱਧੀ ਆਦੇ ਹੱਥ ਨਾਲ ਸ਼ਹੀਦਾਂ ਦੇ ਦਰ ਤੇ ਆ ਬੈਠਾ ਬਸ਼ੀਰ ਪਰਦੇ ਜਾ ਬੈਠੀ ਅੱਬਾਸ ਦੀ ਮਾਂ ਅੱਜ ਹੁਣ ਦੱਸ ਕੌਣ ਬੱਲਿਆ ਹੈ ਕੌਣ ਬੱਲਿਆ ਹੈ ਤੇ ਕੌਣ ਨਹੀਂ ਬੱਲਿਆ ਤੁਹਾਡੀ ਜਵਾਨੀ ਦੀ ਕਸਮ ਹੈ ਬਸ਼ੀਰ ਜ਼ਮੀਨ ਤੇ ਮੱਥਾ ਮਾਰ ਕੇ ਤੇ ਹੁਸੈਨ ਮਾਰਿਆ ਗਏ ਮਰੀਬਾਂ ਦਾ ਨਾਮ ਆਏ ਤੇਰੀ ਜਿੱਤੀਦਾਰੀ ਦੀ ਕਸਮ ਹੈ ਅੱਬਾਸ ਦੀ ਮਾਂ ਬਾਲ ਖੋਲੇ ਅੱਜ ਗੱਲਾਂ ਬਨਾਖ ਮਾਰਨ ਵਾਲੇ ਕਿਤਨੇ ਹਨ ਮਾਰਨ ਵਾਲੇ ਕਿਤਨੇ ਹਨ ਬਸ਼ੀਰਾ ਦੇ 13 ਲੱਖ ਅੱਬਾਸ ਦੀ ਮਾਂ ਦੇ ਥੋੜੇ ਨੂੰ ਮੈਂ ਕੋ ਆਪਣੇ ਖੀਰ ਦੇ ਨਾਵੇ ਇਹ ਦੱਸਾ ਆਦਾ ਜੋ ਭਾਵੇਂ ਹੁਸੈਨ ਮਰੀ ਗਏ ਅੱਬਾਸ ਹੀ ਹਾਂ ਹਾਏ 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 ਹਾਂ ਬੀਬੀ ਅੱਬਾਸ ਹਾਂ ਕਮਰ ਹੱਥ ਰੱਖ ਕੇ ਅੱਜ ਗਲਤ ਨਾਖ ਅੱਬਾਸ ਹੀ ਹੋਵੇ ਤੇ ਮੇਰਾ ਹੁਸੈਨ ਮਰੀ ਵੇ ਇਹ ਤਾਂ 13 ਲੱਖ ਪੂਰੀ ਨਸਲ ਆਦਮ ਇਕੱਠੀ ਹੋਵੇ ਤਾਂ ਮੇਰੇ ਹੁਸੈਨ ਕੋਈ ਨਹੀਂ ਮਾਰ ਸਕਦਾ ਬਸ਼ੀਰ ਜ਼ਮੀਨ ਤੇ ਮੱਥਾ ਮਾਰ ਕੇ ਆਦੇ ਬੀਬੀ ਹੁਸੈਨ ਨੂੰ ਵਾਲੇ ਮਾਰੇ ਦਿਲ ਅੱਬਾਸ ਤੇ ਬਾਲੂ ਕਲਮ ਹੋ ਗਏ ਹੁਸੈਨ ਹੂ ਵਾਲੇ ਮਾਰ ਜਲੇ ਅੱਬਾਸ ਤੇ ਬਾਲੂ ਕਲਮ ਹੋ ਗਏ ਕੰਨ ਕਰਕੇ ਮੇਰੀ ਸਾਇਨ ਸਿਰ ਤੂੰ ਚਾਦਰ ਭਾਈ ਹੈ ਅੱਜ ਗਲਤ ਨਾਖ ਕਈ ਦੀ ਜ਼ਰੂਰਤ ਨਹੀਂ ਮੇਰੇ ਅੱਬਾਸ ਨੂੰ ਕੋਈ ਜੀਨ ਲਹਾਵੇ ਬਸ਼ੀਰਾ ਦੇ ਬੀਬੀ ਹੱਥ ਮਲੇ ਡਰਾਏ ਅੱਬਾਸ ਨੂੰ ਲੜਨ ਦੀ ਇਜਾਜ਼ਤ ਕੋਈ ਰਹੇ ਜਲੇ ਬਸ਼ੀਰਾ ਕੇ ਲੜਨ ਦੀ ਇਜਾਜ਼ਤ ਕੋਈ ਰਹੀ ਪੋਤਰੇ ਕੋ ਲਾਲ ਲਾਏ ਪੁਰਕਾ ਚ ਪਾਏ ਪਤੂਲ ਦੀ ਕਬਰ ਤੇ ਆਈਏ ਚਾਦਰ ਲਹਾ ਕੇ ਕਬਰ ਤੇ ਸੱਦ ਕੇ ਆ ਜਾ ਪੁੱਛਾ ਨਹੀਂ ਆ ਮੇਰੇ ਅੱਬਾਸ ਨਹੀਂ ਲੜਨਾ ਤੇ ਦੁਆ ਕਿਉਂ ਮੰਗੀ ਆ ਵੀ ਮੈਂ ਨੌਕਰ ਆ ਚਾਦਰ ਲਹਾਈਏ ਕਬਰ ਤੇ ਸੱਜ ਕੇ ਜੇ ਪੁੱਛਾ ਨਹੀਂ ਆ ਜੇ ਮੇਰੇ ਅੱਬਾਸ ਨਹੀਂ ਲੜਨਾ ਤੇ ਦੁਆ ਕਿਉਂ ਮੰਗੀ ਆ ਵੀ ਅੱਜਣ ਕੀ ਬਲਾ ਜਨਾਬ ਜ਼ੈਨਬ ਤੁਰੀ ਨਾਨੇ ਦੀ ਕਬਰ ਜੇ ਨਾਨਾ ਧੀ ਵਾਲਈ ਸਦਕੇ ਆਉਣ ਮੈਂ ਪੂਰੇ ਦਰਦ ਨਾਲ ਬਸਾਇਰ ਸੁਣਾਵਾਂ ਕਬਰ ਹਲੀਏ ਕਮਰ ਤੇ ਬਾਹਰ ਆਏ ਆਦਮ ਦਾ ਸਰਦਾਰ ਗੱਲ ਚ ਮਾਂ ਪਾ ਕੇ ਆਦਮ ਸੀ ਕਿਵੇਂ ਨਿਭਦੀ ਰਹੀ ਜਵਾਨਾਂ ਨੂੰ ਪਤਾ ਨਾ ਲੱਗੀ ਇਸ ਗੱਲ ਦਾ ਜਰਾ ਬਜ਼ੁਰਗ ਫਿਰ ਸਚਾਉਣਾ ਚਿੱਟੀਦਾਰੀ ਵਾਲੇ ਜਨਾ ਧੀਆਂ ਆਮਨ ਪੇ ਕੇ ਤੇ ਸਾਵਰੇ ਭਾਵੇਂ ਜਿਤਨੇ ਜ਼ੁਲਮ ਹੋਵੇ ਬੱਚੀ ਤੇ ਜਦੋਂ ਬਜ਼ੁਰਗਾਂ ਕੋ ਮਿਲਸੀ ਨਾ ਆ ਚੀਜ਼ ਸੋਹਣੀ ਪਈ ਨਿਭਦੀ ਹੈ ਜਨਾ ਫਿਰਾ ਮਿਲਸਨ ਆਸਨ ਮੈਂ ਵੀਰ ਸੋਹਣੀ ਲਿਪ ਗਈ ਜਦੋਂ ਬਾਹਰ ਸਾਹਮਣੇ ਆਵੇ ਪਿੱਛੇ ਧੀਆਂ ਵਾਲ ਤਾਂ ਖੁੱਲੇ ਜੀ ਅੱਜ ਅੰਮਾ ਮੇਰੇ ਨਾਲ ਪਈਆਂ ਸੀ ਆਜਿਆਂ ਪਿਉਂ ਚ ਹੁਣ ਨਾਨੇ ਕੋ ਅੱਜ ਚੰਗੀ ਲਿਪ ਗਈ ਏ ਮਾਂ ਦੀ ਕਬਰ ਦੀ ਆਈ ਅੱਜ ਅੰਮਾ ਜਾਗ ਜ਼ੈਨਬ ਵੱਲ ਲਈ ਹੁਣ ਕਬਰ ਹਲੀਏ ਵਾਲ ਖੋਲੇ ਸਾਰਾ ਗੱਲ ਚ ਮਾਂ ਪਾ ਕੇ ਆਦੀ ਕਿਵੇਂ ਨਿਭਦੀ ਰਹੀ ਸ਼ਾਮ ਵਿੱਚ ਲੱਭ ਸ਼ਾਮ ਆਏ ਤੁਹਾਡੀ ਜਵਾਨੀ ਦੀ ਕਸਮ ਹੈ ਮਾਂ ਦੇ ਗਲੀ ਚੋਂ ਬਾਹ ਕੱਢ ਕੇ ਬਾਹ ਕਰਕੇ ਆ ਦੀਏ ਹਾਲਾਤ ਲਾ ਮੁੱਠ ਮੈਂ ਉਜੜੇ ਤੇ 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 ਬਾਈ ਤੂੰ ਬਹੁਤ ਫੇਰਾ ਦੇਖਾ ਰਹੀ ਹੈ ਹਾਲਾਤ ਲਾ ਮੁੱਠ ਮੈਂ ਰੋਮਾਂ ਦੇ ਘਰ ਤੇ ਮਤਲਬ ਜੀ ਜੀ ਇਹ ਜਿਹੜੇ ਦੀਵਾਰਾਂ ਬਣ ਕੇ ਖੜੇ ਹੋ ਬੈਨ ਕਰਕੇ ਆ ਦੀਏ ਹਾਲਾਤ ਲਾ ਪੁੱਛ ਮੈਂ ਉਜੜੇ ਤੇ ਮੈਂ ਕੁੰਬਾ ਤਾਂ ਫੇਰਾ ਦੇ ਖਾ ਗਈ ਹੈ ਮੈਂ ਕਿਤੇ ਨਹੀਂ ਮੈਂ ਦੀ ਮਾਇ ਉਜੜੇ ਮਾਇ
ਹੁਣ ਮੈਂ ਪੜ੍ਹ ਨਹੀਂ ਸਕਦਾ ਤੁਹਾਡੀ ਜਵਾਨੀ ਦੀ ਕਸਮ ਏ, ਇਹ ਵੈਣ ਮੈਂ ਪੜ੍ਹਦਾ ਇਹਨੇ ਮਾਂ ਗੱਲ ਜਵਾਬ ਪੈਣ ਸੀ ਧੀ ਹਾ ਸੁਣਾ ਵੀਰ ਕਿਵੇਂ ਮਾਰੀ ਫੇਰ ਜਵਾਈ ਮੈਂ ਤੇ ਗੱਲ ਜਵਾਬ ਪਾ ਕੇ ਵੈਣ ਕਰਕੇ ਆਦੀ ਸਾਰੀਆਂ ਦਰਬਾਰ ਕਰਦੇ ਜਦੋਂ ਸਾਲ ਦਰਬਾਰ